ਸਾਸ਼ਿਕਾ ਜੀ ਦੋਸਤੋ ਮੈਂ ਨਿਆ ਛਾਪੜਾ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਖਾਸ ਪ੍ਰੋਗਰਾਮ ਮੇਲ ਮਿਲਾ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਸੋਥਾ ਤੇ ਤੁਹਾਨੂੰ ਮਿਲਣ ਜਾ ਰਹੇ ਹਾਂ ਪਿੰਡ ਦੇ ਸਰਪੰਚ ਜਸਬੀਰ ਕੌਰ ਦੇ ਪ੍ਰਤੀਨਿਧੀ ਬਲਜੀਤ ਸਿੰਘ ਜੀ ਨਾਲ ਤੇ ਆਓ ਆਪਾਂ ਜਾਣਦੇ ਹਾਂ ਉਹਨਾਂ ਦੇ ਪਿੰਡ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ ਸਾਸ਼ਿਕਾ ਸਰ ਸਰ ਤੁਸੀਂ ਸਰਪੰਚੀ ਵਿੱਚ ਕਿਸ ਤਰ੍ਹਾਂ ਆਏ ਪਹਿਲਾਂ ਮੈਡਮ ਅਸੀਂ ਸਮਾਜ ਸੇਵੀ ਕੰਮ ਕਰਦੇ ਸੀ ਕਿਤੇ ਸੋਚਿਆ ਅਸੀਂ ਪਿੰਡ ਦੇ ਸਰਪੰਚ ਹੋਗੇ ਤੇ ਸੇਵਾ ਕਰਾਂਗੇ ਮਤਲਬ ਤੁਹਾਡੇ ਪਰਿਵਾਰ ਤੋਂ ਪਹਿਲਾਂ ਵੀ ਮੈਂਬਰ ਇਸ ਲਾਈਨ ਵਿੱਚ ਸੀਗੇ ਨਹੀਂ ਇਸ ਲਾਈਨ ਚ ਤਾਂ ਨਹੀਂ ਹੈ ਮਤਲਬ ਅੱਛਾ ਤੁਹਾਡੇ ਤੋਂ ਸਟਾਰਟਿੰਗ ਹਾਂ ਮੇਰੇ ਤੋਂ ਸਟਾਰਟਿੰਗ ਵੀ ਤੁਹਾਨੂੰ ਇਹ ਜੀ ਕੀ ਚੀਜ਼ ਲੱਗੀ ਕਿ ਤੁਸੀਂ ਸੋਚਿਆ ਕਿ ਮੈਂ ਸਰਪੰਚ ਬੰਨਾ ਹੈ ਮੈਂ ਸੋਚਿਆ ਸੀ ਵੀ ਲੋਕਾਂ ਦੀ ਸੇਵਾ ਕਰਾਂਗੇ ਸਮਾਜ ਲਈ ਵਧੀਆ ਕੰਮ ਕਰਾਂਗੇ ਠੀਕ ਹੈ ਜੀ ਸਰ ਜਿਸ ਤਰ੍ਹਾਂ ਕਿ कोरोना महामारी बीमारी चल रही है ਤੇ ਹਰੇਕ ਪਿੰਡ ਵਿੱਚ ਸਰਕਾਰ ਨੇ ਤਾਂ ਬਹੁਤ ਜ਼ਿਆਦਾ ਫੈਸਿਲਿਟੀਆਂ ਦਿੱਤੀਆਂ ਨੇ ਕਿ ਲੋਕਾਂ ਨੂੰ ਕੋਈ ਚੀਜ਼ਾਂ ਪ੍ਰੋਵਾਈਡ ਕਰਾਈਆਂ ਜਾਂ ਜਿਵੇਂ ਕਿ ਗਰੀਬ ਲੋਕ ਪੋਤ ਨੇ ਖਾਸ ਕਰਕੇ ਜਿਹੜੇ ਮੀਡਲ ਕਲਾਸ ਫੈਮਲੀ ਨੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਤੁਸੀਂ ਆਪਣੇ ਪਿੰਡ ਵਿੱਚ ਇਸ ਲਈ ਕੀ ਕਰਿਆ ਅਸੀਂ ਵੀ ਸਰਕਾਰ ਵੱਲੋਂ ਜੋ ਰਾਸ਼ਨ ਆਇਆ ਸੀਗਾ ਕੁਝ ਅਸੀਂ ਆਪਣੇ ਫੰਡ ਤੋਂ ਲੈ ਕੇ ਤੇ ਅਸੀਂ ਗਰੀਬਾਂ ਦੇ ਵਿੱਚ ਵੰਡੇ ਅੱਛਾ ਦੋ ਵਰੀ ਤਿੰਨ ਵਰੀ ਸੈਨੇਟਾਈਜ਼ਰ ਵੀ ਕੀਤਾ ਹੈ ਪਿੰਡ ਨੂੰ ਔਰ ਹੋਰ ਵੀ ਲੋਸਮੈਂਟਾਂ ਕਰਵਾ ਕੇ ਲੋਕਾਂ ਨੂੰ ਜਾਗਰਤ ਕਰਦੇ ਰਹੇ ਸਮੇਂ ਸਮੇਂ ਤੇ ਇਹ ਕੰਮ ਇੱਥੋਂ ਆਪਾਂ ਇਹ ਕਰਨਾ ਇੱਥੋਂ ਆਪਾਂ ਕਰਨਾ ਇੱਥੋਂ ਆਪਾਂ ਮਾਸਕ ਲਾ ਕੇ ਲੰਘਣਾ ਹੈਗਾ ਇੱਥੇ ਆਪਾਂ ਰਸ਼ ਨਹੀਂ ਕਰਨਾ ਜਾਂ ਮਤਲਬ ਕਿਤੇ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਮੇਰੇ ਨਾਲ ਕੰਟੈਕਟ ਕਰਕੇ ਸਾਨੂੰ ਦੱਸਿਓ ਅਸੀਂ ਤੁਹਾਡੀ ਹਰ ਸਮੱਸਿਆ ਦੇ ਵਿੱਚ ਤੁਹਾਡੇ ਨਾਲ ਖੜਾਗੇ ਸਰ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਆਈ ਹੈ ਜੋ ਕੋਰੋਨਾ ਕਰਕੇ ਕਿ ਤੁਹਾਡੇ ਪਿੰਡ ਵਿੱਚ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਪਰਸਨ ਮਿਲਿਆ ਹੋਵੇ ਕਿ ਜਿਸ ਨੂੰ ਇਹ ਪ੍ਰੋਬਲਮ ਦਾ ਇੱਕ ਵਾਰੀ ਪੋਜ਼ਿਟਿਵ ਜਾਂ ਕੁਝ ਵੀ ਆਇਆ ਹੋਵੇ ਹੈ ਕੁਝ ਨਹੀਂ ਮੈਡਮ ਆਪਣੇ ਕੋਈ ਨਹੀਂ ਹੈ ਅਸੀਂ ਸਾਰੇ ਜਾ ਕੇ ਜਿੰਨੇ ਮਸ਼ੀਨਾ ਮਸੂਨਾ ਤੇ ਬੰਦੇ ਗਏ ਸੀ ਉਹਨਾਂ ਤੇ ਵੀ ਜਿੰਨੇ ਮਜ਼ਦੂਰ ਬਾਹਰ ਗਏ ਸੀ ਉਹਨਾਂ ਦਾ ਵੀ ਸਾਰਿਆਂ ਦਾ ਚੈੱਕ ਅਪ ਆਪਦੇ ਜਾਨੇ ਕਰਵਾਇਆ ਸੀ ਤੇ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਤੇ ਸਰਕਾਰ ਵੱਲੋਂ ਤੁਹਾਨੂੰ ਪੂਰੀ ਮਦਦ ਮਿਲ ਰਹੀ ਹੈ ਹਾਂ ਸਰਕਾਰ ਨਹੀਂ ਪੂਰੀ ਮਦਦ ਮਿਲਦੀ ਤੁਸੀਂ ਜਦੋਂ ਦੇ ਸਰਪੰਚ ਬਣੇ ਹੋ ਤੁਸੀਂ ਆਦੇ ਪਿੰਡ ਦੇ ਵਿਕਾਸ ਲਈ ਕੀ ਕੰਮ ਕੀਤੇ ਨੇ ਅਸੀਂ ਵਿਕਾਸ ਵਾਸਤੇ ਇੱਕ ਤਾਂ ਮੈਡਮ ਗਲੀ ਬਣਾਈ ਜਾਂਨੇ ਜੀ ਉਹ ਜ਼ਿਆਦਾ ਬਸਲੇ ਹੈਗੀ ਹੈ ਚੱਲੀ ਜਾਂਦਾ ਕੰਮ ਜੇ ਬਾਕੀ ਹੋਰ ਜਿਹੜਾ ਕੋਈ ਪੰਚਾਇਤੀ ਫੰਡ ਨਾਲ ਕੰਮ ਕੀਤੇ ਵਾ ਜੀ ਸਕੂਲ ਰੰਗ ਕੀਤੇ ਐ ਹਸਪੀਟਲ ਰੰਗ ਕੀਤੇ ਐ ਸਪੋਰ ਕਰਵਾ ਕੇ ਦਿੱਤੇ ਐ ਛੱਪੜ ਤੇ ਮੋਟਰਾਂ ਲੱਗੀਆਂ ਉਹਨਾਂ ਦਾ ਛੱਪੜਾਂ ਦੀ ਸਫਾਈ ਕਰਵਾਈ ਐ ਇੱਥੇ ਕਮਰੇ ਪਾ ਕੇ ਕੰਮ ਚਲਵਾਇਆ ਜੀ ਠੀਕ ਐ ਸਰ ਕਰੋਨਾ ਕਰਕੇ ਕਈ ਸਿੱਖਿਆ ਸਿੱਖਿਆ ਵਿੱਚ ਬਹੁਤ ਮੁਸ਼ਕਿਲਾਂ ਆਈਆਂ ਨੇ ਤੇ ਕਿਵੇਂ ਬੱਚਿਆਂ ਦਾ ਪੜ੍ਹਾਈ ਦਾ ਕਿਵੇਂ ਸਿਸਟਮ ਚੱਲ ਰਿਹਾ ਤੁਹਾਡੇ ਪਿੰਡ ਤੇ ਆਨਲਾਈਨ ਮੋਬਾਈਲਾਂ ਤੇ ਚੱਲੇ ਜਨਾ ਆਨਲਾਈਨ ਮਤਲਬ ਕਿ ਇਟ ਮੀਨਸ ਤੁਹਾਡੇ ਪਿੰਡ ਵਿੱਚ ਹਰੇਕ ਬੱਚੇ ਆਪਾਂ ਕਹਿ ਸਕਦੇ ਹਾਂ ਹਰੇਕ ਪਰਿਵਾਰ ਦੇ ਕੋਲ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ ਚਾਹੇ ਉਹ ਸਰਕਾਰੀ ਸਕੂਲ ਨੇ ਤੇ ਟੀਚਰਜ਼ ਹੋਵੇ ਐਜੂਕੇਸ਼ਨ ਪ੍ਰੋਵਾਈਡ ਕਰ ਰਹੇ ਨੇ ਸਰ ਇਸ ਪ੍ਰੋਬਲਮ ਕਰਕੇ ਵੀ ਤੇ ਪਹਿਲਾਂ ਤੋਂ ਹੀ ਆਪਾਂ ਦੇਖਦੇ ਆਂ ਕਿ ਬੇਰੁਜ਼ਗਾਰੀ ਬਹੁਤ ਫੈਲ ਚੁੱਕੀ ਏ ਤੇ ਹੁਣ ਜਦੋਂ ਦਾ ਇਹ ਮਹਾਮਾਰੀ ਆਈ ਏ ਤੇ ਇਹ ਬੇਰੁਜ਼ਗਾਰੀ ਕੀ ਏ ਹੋਰ ਵੀ ਜ਼ਿਆਦਾ ਵੱਧ ਗਈ ਏ ਤੇ ਰੋਜ਼ ਦੇਖਦੇ ਆਂ ਚਾਹੇ ਉਹ ਸ਼ਹਿਰ ਹੈ ਚਾਹੇ ਉਹ ਪਿੰਡ ਹੈ ਹਰੇਕ ਨੌਜਵਾਨ ਸਾਹਮਣੇ ਆ ਰਿਹਾ ਕਿ ਉਹਨਾਂ ਨੂੰ ਇਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੋਈ ਝੋਨਾ ਲਗਾ ਰਿਹਾ ਕੋਈ ਕੀ ਕਰ ਰਿਹਾ ਐਨੇ ਪੜੇ ਲਿਖੇ ਹੋਣ ਦੇ ਬਾਵਜੂਦ ਕਿ ਤੁਹਾਡੇ ਪਿੰਡ ਵਿੱਚ ਇਸ ਤਰ੍ਹਾਂ ਦੇ ਹੈਗੇ ਆ ਪੜੇ ਲਿਖੇ ਲੋਕ ਜੋ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਾਂ ਕਰ ਰਹੇ ਜੀ ਬਿਲਕੁਲ ਤੇ ਤੁਸੀਂ ਨਾਲੇ ਕੀ ਕਰ ਰਹੇ ਹੋ ਅਸੀਂ ਵੀ ਇਹਨਾਂ ਨੂੰ ਜਾਗਰਤ ਕਰ ਰਹੇ ਹਾਂ ਵੀ ਸਰਕਾਰ ਨੂੰ ਮਤਲਬ ਜਵੇਂ ਸਮੇਂ-ਸਮੇਂ ਤੇ ਕੋਈ ਸੂਚਿਤ ਆਉਂਦੀ ਹੈ ਦੱਸਦੇ ਹੈ ਰੋਜ਼ਗਾਰ ਦੇ ਮੇਲੇ ਲੱਗਦੇ ਹੈ ਵੀ ਉਮਰ ਚ ਜਿਆ ਕਰੋ ਫਿਰ ਰੋਜ਼ਗਾਰ ਜ਼ਰੂਰ ਮਿਲੇਗਾ ਸਰ ਪੂਰੇ ਪੰਜਾਬ ਵਿੱਚ ਨਸ਼ਾ ਇਹਨਾਂ ਨੂੰ ਜਿਆਦਾ ਵੱਧ ਰਿਹਾ ਖਾਸ ਕਰਕੇ ਮਤਲਬ ਕਿਹਾ ਜਾਂਦਾ ਹੈ ਕੁਝ ਪਿੰਡਾਂ ਦੇ ਨਾਮ ਆਉਂਦੇ ਨੇ ਕਿ ਤੁਹਾਡੇ ਪਿੰਡ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਕਿ ਹਾਂ ਜੀ ਜਿਹੜੇ ਨੌਜਵਾਨ ਨੇ ਬਹੁਤ ਨਸ਼ਾ ਕਰ ਰਹੇ ਨੇ ਆਹ ਤਰਹੀਏ ਪਿੰਡਾਂ 'ਚ ਦਿੱਕਤਾਂ ਤਾਂ ਸਾਰੇ ਪਿੰਡਾਂ 'ਚ ਆ ਰਹੀਆਂ ਪਰ ਫਿਲਹਾਲ ਆਪਣੇ ਪਿੰਡ 'ਚ ਬਾਕੀ ਪਿੰਡਾਂ ਨਾਲੋਂ ਬਹੁਤ ਘੱਟ ਹੈ ਤੇ ਜੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਏ ਕਿ ਉਹਦਾ ਕੋਈ ਸੋਲੂਸ਼ਨ ਲਈ ਤੁਹਾਡੇ ਕੋਲ ਹੈ ਹਾਂ ਅਸੀਂ ਉਹਦੇ ਕਾਰਵਾਈ ਕਰਦੇ ਜੀ ਉਹਨਾਂ ਦੇਖਲਾ ਕੀ ਕਰਦੇ ਹੋ ਤੁਸੀਂ ਉਹਨਾਂ ਲਈ ਮਤਲਬ ਕੋਈ ਮੰਨ ਲਓ ਕੋਈ ਬੰਦਾ ਇਸ ਤਰ੍ਹਾਂ ਦਾ ਫੜਿਆ ਜਾਂਦਾ ਸੀ ਉਹਨਾਂ ਦੀ ਮਦਦ ਨਹੀਂ ਕਰਦੇ ਉਹਨਾਂ ਦੇ ਵਰਖਲਾਫ ਜਾਂਦੇ ਤੇ ਮਤਲਬ ਕੋਈ ਐਵੇਂ ਤੁਹਾਡੇ ਇੱਥੇ ਕੁਝ ਬਣਾਇਆ ਨਸ਼ਾ ਛਡਾਓ ਕੇਂਦਰ ਅੱਜਕੱਲ੍ਹ ਬਣਾਏ ਜਾਂਦੇ ਨੇ ਪਿੰਡਾਂ ਵਿੱਚ ਇਸ ਤਰ੍ਹਾਂ ਦੀ ਫੈਸਿਲਿਟੀ ਹੈਗੀ ਹੈ ਇਸ ਤਰ੍ਹਾਂ ਦੀ ਫੈਸਿਲਿਟੀ ਆਪਣੇ ਕੋਲ ਤੇ ਤੁਸੀਂ ਸਰਕਾਰ ਨੂੰ ਕਦੇ ਮੰਗ ਕੀਤੀ ਐ ਇਸ ਚੀਜ਼ ਦੀ ਨਹੀਂ ਅਜੇ ਕਰਨੀ ਹੈ ਮੈਡਮ ਮੋਝੇ ਤੱਕ ਕੰਮ ਹੀ ਮਤਲਬ ਪਹਿਲਾਂ ਹੋਰ ਹੀ ਕੰਮ ਚੱਲਦੇ ਰਹੇ ਸੀ ਕੀਤੀ ਐ ਡਿਮਾਂਡ ਵੀ ਕੀਤੀ ਵੈਸੇ ਤੇ ਅੱਗੇ ਕਰਾਂਗੇ ਵੀ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਨਸ਼ਾ ਬਹੁਤ ਜ਼ਿਆਦਾ ਫੈਲ ਰਿਹਾ ਹੈ ਸਭ ਤੋਂ ਪਹਿਲੀ ਡਿਮਾਂਡ ਤਾਂ ਸਰਕਾਰ ਤੋਂ ਇਹੀ ਹੋਣੀ ਚਾਹੀਦੀ ਏ ਕਿ ਆਪਾਂ ਨੂੰ ਕੀ ਨਸ਼ਾ ਛਡਾਓ ਕੇਂਦਰ ਖੋਲਨੇ ਚਾਹੀਦੇ ਨੇ ਤੇ ਤੁਹਾਨੂੰ ਵੀ ਇਸ ਲਈ ਕਹਿਣਾ ਚਾਹੀਦਾ ਹੈ ਸਰਕਾਰ ਨੂੰ ਸਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਆਪਣੇ ਪਿੰਡ ਦੇ ਵਿਕਾਸ ਲਈ ਕੀ ਕੰਮ ਕਰਨਾ ਚਾਹੁੰਦੇ ਹੋ ਜੀ ਅਸੀਂ ਪਿੰਡ ਦਾ ਵਿਕਾਸ ਬਹੁਤ ਕਰਨਾ ਚਾਹੁੰਦੇ ਹਾਂ ਜਿਵੇਂ ਮੰਨ ਲਓ ਇੰਟਰਲੌਕ ਹੋ ਗਈ ਛੱਪੜਾਂ ਦੀ ਸਫਾਈ ਹੋ ਗਈ ਲਾਈਟਾਂ ਵਗੈਰਾ ਹੋ ਗਿਆ ਕੈਮਰੇ ਵਗੈਰਾ ਹੋ ਗਿਆ ਮੂੜਾਂ ਤੇ ਸ਼ੀਸ਼ੇ ਹੋਗੇ ਇਹ ਸਾਰਾ ਕੰਮ ਕਰਨਾ ਚਾਹੁੰਦੇ ਹਾਂ ਜੀ ਅੱਗੇ ਕਰਾਂਗੇ ਵੀ ਹੋਰ ਲੱਗੇ ਵੀ ਹੋਏ ਆਂ ਜਿੰਨੇ ਰੁਕੇ ਆ ਵੱਧ ਤੋਂ ਵੱਧ ਕਰਾਂਗੇ ਜੀ ਕੁਝ ਲੋਕ ਆ ਜੋ ਇਸ ਕੰਮ ਦੇ ਵਿੱਚ ਰੋੜਾ ਬਣ ਰਹੇ ਆ ਉਹ ਵੀ ਚੱਲੀ ਜਾਂਦਾ ਜੀ ਪਰ ਸਾਰਾ ਕਰਾਂਗੇ ਤੇ ਚੰਗਾ ਹੀ ਹੋ ਗਏ ਸਰ ਤੁਹਾਡੇ ਪਿੰਡ ਵਿੱਚ ਬੱਚਿਆਂ ਦਾ ਖੇਡਾਂ ਮਰਕੀ ਰੁਝਾਨ ਹੈ ਰੁਝਾਨ ਬਹੁਤ ਵਧੀਆ ਜੀ ਖੇਡਦੇ ਆ ਮੁੰਡੇ ਫੁੱਟਬਾਲ ਵੀ ਖੇਡਦੇ ਆ ਬਾਕੀ ਕ੍ਰਿਕਟ ਦੇ ਗਰਾਊਂਡ ਵੀ ਅਸੀਂ ਆਪਦੀ ਪੰਚਾਇਤ ਵੱਲੋਂ ਛੱਡਿਆ ਹੈ ਉਹ ਮੁੰਡੇ ਉੱਥੇ ਕ੍ਰਿਕਟ ਵੀ ਖੇਡਦੇ ਆ ਸਾਨੂੰ ਫੁੱਲ ਸਹਿਯੋਗ ਦਿੰਦੇ ਆ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਆ ਟਰਨਮੈਂਟ ਵੀ ਸਮੇਂ-ਸਮੇਂ ਤੇ ਕਰਾਉਣੀ ਆ ਔਰ ਹੋਰ ਵੀ ਜੋ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਕੋਈ ਗੇਮਾਂ ਵਗੈਰਾ ਦਾ ਸਮਾਨ ਚਾਹੀਦਾ ਕੋਈ ਕਿੱਟਾਂ ਚਾਹੀਦੀਆਂ ਵਰਦੀਆਂ ਚਾਹੀਦੀਆਂ ਉਹਦੇ 'ਚ ਵੀ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਆ ਸਰ ਤੁਸੀਂ ਸਾਡੇ ਚੈਨਲ ਦੁਆਰਾ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਤਾਂ ਇਹੀ ਕਵਾਂਗੇ ਜੀ ਚੰਗੇ ਪਾਸੇ ਲੱਗਣ ਔਰ ਅੱچھے ਪਾਸੇ ਲੱਗ ਕੇ ਸਾਡਾ ਵੀ ਸਾਥ ਦੇਣ ਔਰ ਪਿੰਡ ਦਾ ਨਾਂ ਰੌਸ਼ਨ ਕਰਨ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਇਹ ਸੀ ਸਾਡੇ ਨਾਲ ਪਿੰਡ ਸੋਥਾ ਦੇ ਪ੍ਰਤੀਨਿਧੀ ਬਲਜੀਤ ਸਿੰਘ ਜੀ ਜਿਨ੍ਹਾਂ ਨੇ ਸਾਡੇ ਸਵਾਲਾਂ ਦਾ ਜਵਾਬ ਬਹੁਤ ਵਧੀਆ ਢੰਗ ਨਾਲ ਦਿੱਤਾ ਇਸੇ ਤਰ੍ਹਾਂ ਹੀ ਤੁਹਾਨੂੰ ਮਿਲਾਂਦੇ ਰਹਾਂਗੇ ਨਵੀਆਂ-ਨਵੀਆਂ ਹਸਤੀਆਂ ਨਾਲ ਅਪਡੇਟਸ ਲਈ ਬਨੇ ਰਹੋ ਸਾਡੇ ਖਾਸ ਪ੍ਰੋਗਰਾਮ ਮੇਲ ਮਿਲਾਪ ਨਾਲ ਸਤਿ ਸ਼੍ਰੀ ਅਕਾਲ